ਮੇਰੀ ਇੱਕ ਕੁੜੀ ਦੇ ਆਨੰਦ ਕਾਰਜ 14 ਤਰੀਕ ਦੇ ਘਰ ਦੇ ਵਿੱਚ ਵਿਆਹ ਤੁਸੀਂ ਇੱਥੇ ਫਿਰਦੇ ਹੋ ਤੇ ਹੁਣ ਕਰੀਏ ਕੀ ਘਰੇ ਪੈਸਾ ਕੋਈ ਨਹੀਂ ਜੀ ਪੈਸੇ ਤਾਂ ਸਾਰੇ ਇੱਥੇ ਫਸਾਈ ਬੈਠੇ ਜੀ ਅਸੀਂ ਕਿੰਨੇ ਪੈਸੇ ਕਿੰਨੇ ਸੀ ਸਾਰੇ 11 ਲੱਖ ਰੁਪਈਆ ਜੀ ਵੀਜ਼ਾ ਕਿੱਥੋਂ ਲਵਾਉਣਾ ਸੀਗਾ ਆਸਟ੍ਰੇਲੀਆ ਜੀ ਪੈਸੇ ਮਤਲਬ ਇੰਨੇ ਪੈਸੇ ਭਰੇ ਕਿਵੇਂ ਸੀਗੇ ਜੀ ਤੁਸੀਂ ਕਿੱਥੋਂ ਭਰੇ ਸੀ ਜ਼ਮੀਨ ਵਿੱਚ ਹੀ ਹੋਰ ਕੀ ਕਰਕੇ ਜੀ ਮਾੜੇ ਮੋਟੇ ਗਹਿਣੇ ਧਰਨੇ ਬਈ ਕੁਛ ਕਿਵੇਂ ਕਰਨਾ ਪਿਆ ਐਂ ਕਰਨਾ ਪਿਆ ਆ ਖੜੇ ਮੇਰੇ ਫਾਦਰ ਸਾਹਿਬ ਹੁਣ ਇਹਨਾਂ ਨੇ ਵੀ ਪੈਸੇ ਕਿਵੇਂ ਅਰੇਂਜ ਕੀਤੇ ਰਾਤ ਨੂੰ ਨੀਂਦ ਨਹੀਂ ਆਉਂਦੀ ਵੀ ਇੰਨਾ ਪੈਸਾ ਸਿਰ ਚੜ੍ਹੇ ਕਿਵੇਂ ਕਰਾਂਗੇ ਉਸ ਘੱਟ ਲੈਂਦੇ ਸੀ ਪੈਸੇ ਸਾਨੂੰ ਲਾਲਚ ਹੋ ਗਿਆ ਵੀ ਚਲੋ ਘੱਟ ਹੈ ਉਹ ਸਿਆਉਣਾ ਸੁਣਾ ਵੇਚ ਕੇ ਕੁਛ ਪੜ੍ਹ ਪੜ੍ਹਾ ਕੇ ਭਰੇ ਵੀ ਚਲੋ ਘੱਟ ਨਾ ਸਰ ਜੇ ਉਹ ਮੁੜ ਕੇ ਵੀਜ਼ਾ ਕਾਹਦਾ ਆਉਣਾ ਸੀ ਸਾਨੂੰ ਤਾਂ ਐਂ ਵੀ ਇਹਨਾਂ ਨੇ ਫੈਲ ਹੀ ਨਹੀਂ ਲਾਈ ਜੀ 11-12 ਲੱਖ ਦਾ ਵਿਆਹ ਜੀ ਖਾ ਕੇ 9 ਮਹੀਨੇ ਹੋ ਪਰਿਵਾਰ ਦੇ ਵਿੱਚ ਵਿਆਹ ਤੁਹਾਡੀ ਭੈਣ ਦਾ ਧਰਿਆ ਹੋਇਆ ਹਾਂਜੀ ਮੇਰੀ ਭੈਣ ਦਾ ਹੀ ਹੈ ਬੱਕਰੇ ਚੱਲ ਰਹੀਆਂ ਤਿਆਰੀਆਂ ਜੀ ਫਰਨੀਚਰ ਦਾ ਸਮਾਨ ਲੈਣਾ ਟੈਨਸ਼ਨਾਂ ਬਹੁਤ ਆ ਬਸ ਸਾਨੂੰ ਤਾਂ ਐਂ ਸੀਗਾ ਵੀ ਚਲੋ ਵੀਜ਼ਾ ਆਜੂਗਾ ਵੀ ਚੱਲ ਜ਼ਮੀਨ ਗਹਿਣੇ ਛਡਾ ਲਾਂਗੇ ਜੀ ਸੋ ਹੁਣ ਪੈਸੇ ਇਹ ਮੁੱਕਰ ਗਏ ਪਾਰਲੀਮੈਂਟ ਦੇ ਵਿੱਚ ਤਾਂ ਮੈਂ ਸਭ ਤੋਂ ਵੱਧ ਆਵਾਜ਼ਾਂ ਚੱਕੀਆਂ ਅਤੇ ਭਗਵੰਤ ਮਾਨ ਸਿਆ ਆਹ ਲੁੱਟ ਨਹੀਂ ਦਿਸ ਰਹੀ ਤੈਨੂੰ ਤੇਰੀਆਂ ਸਪੀਚਾਂ ਨੂੰ ਚੱਟਣਾ ਅੱਜ ਤੇਰੇ ਕੋਲ ਪਾਵਰ ਆ ਗਈ ਅੱਜ ਤੂੰ ਮੁੱਖ ਮੰਤਰੀ ਦੇ ਅਹੁਦੇ 'ਤੇ ਬੈਠਾ ਅੱਜ ਤੂੰ ਕਰ ਕਾਰਵਾਈ ਕਰ ਸਰਕਾਰ ਕਾਰਵਾਈ ਕਿਉਂ ਨਹੀਂ ਕਰਦੀ ਸਰਕਾਰਾਂ ਕੋਲ ਹਿੱਸਾ ਜਾਂਦਾ ਕਿੱਥੇ ਗਿਆ ਭਗਵੰਤ ਮਾਨ ਕਿੱਥੇ ਗਈ ਆਮ ਲੋਕਾਂ ਦੀ ਸਰਕਾਰ ਜਿਹੜੀ ਪਿੰਡਾਂ ਤੋਂ ਚੱਲਦੀ ਸੀ ਸੱਥਾਂ ਤੋਂ ਚੱਲਦੀ ਸੀ ਗਲੀਆਂ ਤੋਂ ਚੱਲਦੀ ਸੀ ਕਿੱਧਰ ਗਿਆ ਆਮ ਲੋਕਾਂ ਦਾ ਮੁੰਡਾ ਪਰਿਵਾਰ ਦੇ ਵਿੱਚ ਵੀ ਕਹਿੰਦੇ ਹੋਣਗੇ ਕਿ ਉਧਰੋਂ ਵਿਆਹ ਰੱਖਿਆ ਹੋਇਆ ਉਧਰੋਂ ਪੈਸੇ ਫਸੇ ਪਏ ਆ ਪਰਿਵਾਰ 'ਚ ਤਾਂ ਫਿਰ ਹੁਣ ਘਰੇ ਕਲੇਸ਼ ਪੈਂਦਾ ਜੀ ਹੁਣ ਤੂੰ ਬਈ ਤੂੰ ਫਸਾ ਕੇ ਬਹਿ ਗਿਆ ਹੁਣ ਨਾ ਉੱਧਰ ਨਾ ਉੱਧਰ ਕਿਸੇ ਪਾਸੇ ਤੋਂ ਕਿਸੇ ਅਤੇ ਇਹਨਾਂ ਨੇ ਆਹ ਚੈੱਕ ਦਿੱਤੇ ਸਾਨੂੰ ਜੀ ਚੇਕਾ 'ਚ ਹਜੇ ਤੱਕ ਪੈਸਾ ਇੱਕ ਨਹੀਂ ਪਾਇਆ ਤਰੀਕ ਟੱਪ ਗਈ ਸਾਰੀ ਕਈ ਵਾਰ ਐਂ ਹੁੰਦਾ ਵੀ ਥੋੜ੍ਹੇ ਥੋੜ੍ਹੇ ਪਾਈ ਜਾਂਦੇ ਉਹ ਵੀ ਨਹੀਂ ਪਾਈ ਨਹੀਂ ਇੱਕ ਰੁਪਈਆ ਵੀ ਨਹੀਂ ਆਏ ਸਾਡੇ ਨਾਲ ਵਾਅਦਾ ਕਰਕੇ ਸਾਨੂੰ ਭਰੋਸੇ 'ਚ ਲੈ ਕੇ ਸਾਨੂੰ ਚੈੱਕ ਦੇ ਕੇ ਅਤੇ ਯਾਰ 8ਵੇਂ ਦਿਨ ਸਾਡੇ ਫੋਨ ਚੱਕਣੋਂ ਬੰਦ ਹੋ ਗਏ ਸਾਨੂੰ ਨਹੀਂ ਨਿਆਂ ਦਿੰਦੇ ਆਮ ਬੰਦੇ ਨੂੰ ਇਹ ਕੀ ਨਿਆਂ ਦਿੰਦੇ ਆ ਸਾਲ ਭਰ ਬੱਚੇ ਦਾ ਕੈਰੀਅਰ ਬਰਬਾਦ ਕਰਕੇ 20 ਲੱਖ ਰੁਪਈਆ ਲੈ ਕੇ ਕਹਿ ਦੇਣਾ 16 ਲੱਖ ਲੈਣਾ ਤਾਂ ਨਹੀਂ ਆਪਦਾ ਕੰਮ ਕਰ ਅੱਜ ਇੱਕ ਪਾਸਾ ਕਰਕੇ ਜਾਵਾਂਗੇ ਪੈਸੇ ਲੈ ਕੇ ਜਾਏ ਬਿਨਾਂ ਅਸੀਂ ਮੁੜਦੇ ਨਹੀਂ ਇਹ ਕਿਸਾਨ ਦੇ ਘਰੇ ਧੀ ਦਾ ਵਿਆਹ ਧਰਿਆ ਹੋਇਆ ਅੱਜ ਤਾਂ ਅਸੀਂ ਉਸ ਤਰੀਕੇ ਨਾਲ ਆਏ ਹਾਂ ਕਿ ਜਾਂ ਤਾਂ ਪੈਸੇ ਇੱਥੇ ਰੱਖ ਦੇਣਗੇ ਅਤੇ ਨਹੀਂ ਤਾਂ ਇਹਨਾਂ ਦੇ ਬਾਗ ਮੂਹਰੇ ਬੈਠਾਂਗੇ ਭਾਵੇਂ ਸਾਨੂੰ ਰਾਤ ਦਿਨ ਇੱਥੇ ਬਹਿਣਾ ਪਊਗਾ ਲੋਕਵਾਜ ਟੀਵੀ ਨਾਲ ਜੁੜਿਓ ਤੁਸੀਂ ਮੈਂ ਹਮਤਾਜ ਪਿਛਲੇ ਦਿਨੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਇੱਕ ਬਿਆਨ ਆਉਂਦਾ ਕਿ ਟਰੈਵਲ ਏਜੰਟਾਂ ਜਿਹੜੇ ਠੱਗੀਆਂ ਮਾਰਦੇ ਉਹਨਾਂ ਦੇ ਵਿਰੁੱਧ ਸਭ ਤੋਂ ਵੱਧ ਆਵਾਜ਼ ਪਾਰਲੀਮੈਂਟ ਵਿੱਚ ਮੈਂ ਉਠਾਉਂਦਾ ਰਿਹਾ ਪਰ ਹੁਣ ਮੁੱਖ ਮੰਤਰੀ ਸਾਹਿਬ ਪਾਵਰ ਦੇ ਵਿੱਚ ਨੇ ਕਾਰਵਾਈਆਂ ਕਿਉਂ ਨਹੀਂ ਠੱਗ ਜਿਹੜੇ ਏਜੰਟ ਨੇ ਉਸ ਤਰ੍ਹਾਂ ਠੱਗੀਆਂ ਮਾਰ ਰਿਹਾ ਲਗਾਤਾਰ ਇੱਥੇ ਕਿਸਾਨ ਪਹੁੰਚੇ ਅਤੇ ਨਾਲ ਉਹ ਪਰਿਵਾਰ ਆ ਜਿਨ੍ਹਾਂ ਦੇ ਨਾਲ ਟਰੈਵਲ ਏਜੰਟ ਨੇ ਤਕਰੀਬਨ 11 ਤੋਂ 12 ਲੱਖ ਰੁਪਈਆ 2 ਪਰਿਵਾਰ ਨੇ ਟੋਟਲ 22 ਲੱਖ ਰੁਪਏ ਦਾ ਜਿਹੜਾ ਮਾਮਲਾ ਗੱਲਬਾਤ ਕਰਦੇ ਹਾਂ ਕਿ ਕੀ ਪੂਰਾ ਮਾਮਲਾ ਅਤੇ ਨਾਲ ਦੱਸਦੀ ਹੈ ਕਿ ਉਸ ਬਾਪ ਦੀ ਧੀ ਦਾ ਵਿਆਹ ਪਰਸੋਂ ਆ ਜਿਹੜਾ ਇੱਥੇ ਪੈਸੇ ਵਾਪਸ ਕਰਵਾਉਣਾ ਸਾਰੀ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਮਾਮਲਾ ਸਾਰਾ ਜੀ ਪਹਿਲਾਂ ਤਾਂ ਸਰ ਐਂ ਜੀ ਮੈਂ ਮੁੰਡੇ ਦੀ ਫਾਈਲ ਲਾਈ ਸੀਗੀ ਇਹਨਾਂ ਕੋਲ ਅਤੇ ਗੁਰਜੰਟ ਸਿੰਘ ਮੇਰਾ ਨਾਮ ਆ ਅਤੇ ਮੇਰੀ ਇੱਕ ਕੁੜੀ ਦੇ ਆਨੰਦ ਕਾਰਜ 14 ਤਰੀਕ ਦੇ ਅਤੇ ਇਹਨਾਂ ਨੇ ਆਹ ਚੈੱਕ ਦਿੱਤੇ ਸਾਨੂੰ ਜੀ ਚੇਕਾ 'ਚ ਹਜੇ ਤੱਕ ਪੈਸਾ ਇੱਕ ਨਹੀਂ ਪਾਇਆ ਤਰੀਕ ਟੱਪ ਗਈ ਸਾਰੀ ਅਤੇ ਹਾਰ ਕੇ ਅੱਜ ਫਿਰ ਸਾਨੂੰ ਇੱਥੇ ਆਉਣਾ ਪਿਆ ਜੀ ਤੇ ਹੁਣ ਵੇਖੋ ਕੀ ਕਰਦੇ ਕੀ ਨਹੀਂ ਕਰਦੇ ਕਿੰਨੇ ਪੈਸੇ ਕਿੰਨੇ ਸੀ ਸਾਰੇ 11 ਲੱਖ ਰੁਪਈਆ ਜੀ 11 ਲੱਖ ਰੁਪਈਆ ਹਾਂਜੀ ਨਗਦ ਦਿੱਤੇ ਹੈਗੇ ਹਾਂ ਨਗਦ ਜੀ ਨਗਦ ਹਾਂਜੀ ਜਦੋਂ ਤੁਸੀਂ ਕਿਹਾ ਕਿ ਵਿਆਹ ਘਰ ਦੇ ਵਿੱਚ ਵਿਆਹ ਤੁਸੀਂ ਇੱਥੇ ਫਿਰਦੇ ਹੋ ਫਿਰ ਤੇ ਹੁਣ ਕਰੀਏ ਕੀ ਘਰੇ ਪੈਸਾ ਕੋਈ ਨਹੀਂ ਜੀ ਪੈਸੇ ਤਾਂ ਸਾਰੇ ਇੱਥੇ ਫਸਾਈ ਬੈਠੇ ਜੀ ਅਸੀਂ ਤੇ ਉਹ ਫਿਰ ਪੈਸੇ ਲੈਣ ਆਏ ਹਾਂ ਜੀ ਹੁਣ ਹੋਰ ਕੀ ਕਰੀਏ ਤੁਹਾਨੂੰ ਐਂ ਸੀ ਵੀ ਪੈਸੇ ਆਉਣਗੇ ਵਿਆਹ ਤੱਕ ਹਾਂ ਵਿਆਹ ਹਾਂਜੀ ਹਾਂਜੀ ਤੇ ਇਹਨਾਂ ਨੇ ਦਿੱਤਾ ਹੀ ਕੁਛ ਨਹੀਂ ਚੈੱਕ ਖਾਲੀ ਚੈੱਕ ਲਈ ਫਿਰਦੇ ਜੀ ਅਸੀਂ ਚੈੱਕ ਦੇ ਤੁਹਾਨੂੰ ਹਾਂਜੀ
ਜਿਵੇਂ ਤੁਹਾਨੂੰ ਤੁਸੀਂ ਕਿਹਾ ਕਿ ਪੈਸਾ ਕੋਈ ਨਹੀਂ ਘਰੇ, ਪਰ ਉਦੋਂ ਤੁਹਾਨੂੰ ਐਂ ਸੀ ਚਲੋ ਵਿਆਹ ਤੱਕ ਪੈਸੇ ਆ ਜਾਣਗੇ, ਜਿਹੜਾ ਵਿਆਹ ਦਾ ਖਰਚਾ ਕਰਾਂਗੇ, ਪਰ ਹੁਣ ਇੱਦਾਂ ਵਿਆਹ ਕਰਾਂਗੇ ਜੀ, ਹੁਣ ਫਿਰ ਮੁਸ਼ਕਿਲ ਹੋਈ ਖੜੀ ਜੀ, ਤਾਂ ਇਹਨਾਂ ਨੂੰ ਕਿਸਾਨ ਜੁਨੇ ਨਾਲ ਲੈ ਕੇ ਆਏ ਜੀ, ਹੋਰ ਫਿਰ ਹੁਣ ਵੇਖੋ ਕੀ ਬਣਦਾ ਜੀ। ਘਰ ਦੇ ਵਿੱਚ ਤਾਂ ਤਿਆਰੀਆਂ ਚੱਲੀ ਜਾਂਦੀਆਂ? ਹਾਂਜੀ ਹਾਂਜੀ ਹਾਂਜੀ, ਹਜੇ ਫਰਨੀਚਰ ਦਾ ਸਮਾਨ ਸਾਰਾ ਲੈਣ ਵਾਲਾ ਪਿਆ ਜੀ, ਕੁਛ ਵੀ ਨਹੀਂ ਲਿਆ ਜੀ। ਅਤੇ ਪਿੰਡ ਕਿਹੜਾ ਤੁਹਾਡਾ? ਗੁੜੀ ਸੰਗਰ ਜੀ। ਗੁੜੀ ਸੰਗਰ, ਮਤਲਬ 11 ਲੱਖ ਰੁਪਇਆ ਤੁਸੀਂ ਇਹਨਾਂ ਨੂੰ ਦਿੱਤਾ, ਉਹ ਵੀਜ਼ਾ ਕਿੱਥੋਂ ਲਵਾਉਣਾ ਸੀਗਾ? ਆਸਟ੍ਰੇਲੀਆ ਦਾ ਜੀ। ਆਸਟ੍ਰੇਲੀਆ ਦਾ, ਕੀ ਕਹਿੰਦੇ ਕਦੋਂ ਤੱਕ ਲੱਗ ਜੂਗਾ? ਇਹ ਤਾਂ 7ਵੇਂ ਮਹੀਨੇ 'ਚ ਕਹਿੰਦੇ ਸੀਗੇ ਜੀ, ਸਾਨੂੰ ਕਹਿੰਦੇ 7ਵੇਂ ਮਹੀਨੇ 'ਚ ਲੱਗ ਜੂ, ਚਾਹ ਵੇਖ ਲਓ ਹੁਣ ਕਿਹੜਾ ਫਰਵਰੀ ਚੱਲੀ ਜਾਂਦਾ ਜੀ। ਫਰਵਰੀ ਚੱਲੀ ਜਾਂਦਾ? ਹਾਂਜੀ। ਹਾਲੇ ਤੱਕ ਤਾਂ ਨਾ ਪੈਸੇ ਮੁੜੇ? ਨਾ ਪੈਸੇ ਮੁੜੇ, ਨਾ ਵੀਜ਼ਾ ਹੀ। ਕਿੰਨੇ ਵਾਰ ਇੱਥੇ ਆਏ ਤੁਸੀਂ? ਅਸੀਂ ਤਾਂ ਇੱਥੇ 4-5 ਵਾਰੀ ਆ ਗਏ ਜੀ। ਕੀ ਕਹਿ ਦਿੰਦੇ ਆ? ਇੱਕ ਵਾਰੀ ਤਾਂ ਪ੍ਰਧਾਨ ਜੀ ਨੂੰ ਲੈ ਕੇ ਆਏ ਸੀਗੇ, ਉਦੋਂ ਸਾਨੂੰ ਚੈੱਕ ਦੇ ਤੇ, ਹੁਣ 1-2 ਵਾਰੀ ਅਸੀਂ ਆ ਆਏ ਸਾਨੂੰ, ਉਦੋਂ ਫਿਰ ਮੋੜ ਤਾਂ ਦੇ ਦਾਂਗੇ, ਬਸ ਪਾ ਦਾਂਗੇ ਖਾਤੇ 'ਚ, ਐਂ ਕਹਿ ਦਿੰਦੇ ਪਾ ਦਿਆਂਗੇ। ਹਾਂਜੀ। ਅੱਛਾ, ਹੁਣ ਲੋਕਾਂ ਦਾ ਇੱਥੇ ਵੀ ਕਹਿਣਾ ਵੀ ਤੁਸੀਂ ਇੰਨੀ ਦੂਰ ਕਾਹਤੋਂ ਆਏ ਹੋ, ਤੁਹਾਨੂੰ ਉੱਥੇ ਨੇੜੇ ਕੋਈ ਏਜੰਟ ਨਹੀਂ ਮਿਲਿਆ? ਅਸੀਂ ਕਿਸੇ ਮਗਰ ਲੱਗ ਕੇ ਇੱਥੇ ਫਸ ਗਏ ਜੀ। ਅੱਛਾ। ਸਾਨੂੰ ਕਿਸੇ ਮੁੰਡੇ ਨੇ ਇੱਥੇ ਫਸਾ ਤਾ, ਕਹਿੰਦੇ ਉਹ ਏਜੰਟ ਬਹੁਤ ਵਧੀਆ, ਉਹਨਾਂ ਦਾ ਕਰਕੇ ਅਸੀਂ ਆ ਗਏ, ਮੁੰਡਿਆਂ ਦੀ ਮੁੰਡਿਆਂ ਨਾਲ ਲਿਆ ਸੀਗੀ, ਆਖੇ ਨਹੀਂ ਉੱਥੇ ਲਵਾਵਾਂਗੇ ਉੱਥੇ ਲਵਾਵਾਂਗੇ, ਫਿਰ ਇੱਥੇ ਆ ਗਏ। ਹਾਂਜੀ। ਅੱਛਾ, ਹੁਣ ਤੁਹਾਨੂੰ ਮਤਲਬ ਕੋਈ ਵੀ ਪੈਸਾ ਇੱਕ ਵੀ ਮੁੜਿਆ ਨਹੀਂ? 1 ਰੁਪਇਆ ਵੀ ਨਹੀਂ ਮਿਲਿਆ ਜੀ? ਕੁਛ ਵੀ ਨਹੀਂ ਮਿਲਿਆ? ਨਹੀਂ। ਕਈ ਵਾਰ ਐਂ ਹੁੰਦਾ ਵੀ ਥੋੜੇ ਥੋੜੇ ਪਾਈ ਜਾਂਦੇ, ਉਹ ਵੀ ਨਹੀਂ ਪਾਈ? ਨਹੀਂ, 1 ਰੁਪਇਆ ਵੀ ਨਹੀਂ ਆਇਆ ਜੀ। ਅੱਛਾ। ਆਹ ਚੱਕਾਂ ਦੀਆਂ ਤਰੀਕਾਂ ਵੇਖ ਲਓ, ਸਾਰੀਆਂ ਤਰੀਕਾਂ ਟੱਪ ਗਈਆਂ ਜੀ, 1 ਰੁਪਇਆ ਵੀ ਨਹੀਂ ਪਾਇਆ। ਪਰਿਵਾਰ ਦੇ ਵਿੱਚ ਵੀ ਕਹਿੰਦੇ ਹੋਣਗੇ ਕਿ ਉੱਧਰੋਂ ਵਿਆਹ ਰੱਖਿਆ ਹੋਇਆ, ਉੱਧਰੋਂ ਪੈਸੇ ਫਸੇ ਪਏ ਆ? ਪਰਿਵਾਰ 'ਚ ਤਾਂ ਫਿਰ ਹੁਣ ਘਰੇ ਕਲੇਸ਼ ਪੈਂਦਾ ਜੀ, ਹੁਣ ਤੂੰ ਬਈ ਤੂੰ ਫਸਾ ਕੇ ਬਹਿ ਗਿਆ, ਹੁਣ ਨਾ ਉੱਧਰ ਨਾ ਉੱਧਰ ਕਿਸੇ ਪਾਸੇ ਜੋਗੇ ਨਹੀਂ। ਕੋਈ ਪੈਸੇ ਮਤਲਬ ਇੰਨੇ ਪੈਸੇ ਭਰੇ ਕਿਵੇਂ ਸੀਗੇ ਜੀ, ਤੁਸੀਂ ਕਿੱਥੋਂ ਭਰੇ ਸੀ? ਜ਼ਮੀਨ ਵਿੱਚ ਹੀ, ਹੋਰ ਕੀ ਕਰਕੇ ਜੀ, ਮਾੜੀ ਮੋਟੀ ਗਹਿਣੇ ਧਰਨੇ ਪਈ, ਕੁਛ ਕਿਵੇਂ ਕਰਨਾ ਪਿਆ, ਐਂ ਕਰਨਾ ਪਿਆ ਜੀ। ਅੱਛਾ, ਫਿਰ ਪੈਸੇ ਇੰਨੇ ਇਕੱਠੇ? ਹਾਂਜੀ ਹਾਂਜੀ ਹਾਂਜੀ। ਉਹ ਸਾਰੇ ਇੱਥੇ ਹੀ ਆ ਜੀ? ਇੱਥੇ ਸਾਰੇ ਫਸਾਤੇ ਜੀ। ਫਸਾਤੇ ਬਾਈ, ਕਿਵੇਂ ਕੀ ਮਾਮਲਾ ਜਿਹੜਾ ਸਾਰਾ, ਮਤਲਬ 11 ਲੱਖ ਰੁਪਇਆ ਕਹਿੰਦੇ ਫਸਾਇਆ ਹੋਇਆ ਪਰਿਵਾਰ, ਘਰੇ ਵਿਆਹ ਧਰਿਆ ਹੋਇਆ, ਹੈ ਨਾ ਵੀ ਉੱਧਰੋਂ ਆਇਆ ਸੀ ਵੀ ਚਲੋ ਪੈਸੇ ਵਾਪਸ ਆ ਜਾਣਗੇ, ਫਿਰ ਦਿੱਤੇ ਨਹੀਂ ਹਜੇ ਤੱਕ? ਮੈਂ ਬਿੱਟੂ ਮੱਲਣ, ਭਾਰਤੀ ਕਿਸਾਨ ਯੂਨੀਅਨ ਆਗਰਾ ਹਾਂ। ਅੱਜ ਅਸੀਂ ਪਿਛਲੇ ਦਿਨਾਂ 'ਚ ਵੀ ਆ ਚੈੱਕ ਤੁਹਾਨੂੰ ਦਿਖਾਏ ਸੀਗੇ, ਜਿੱਦੇ ਇਹ ਚੈੱਕ ਲੈ ਕੇ ਗਏ ਹਾਂ ਅਸੀਂ ਪਿਛਲੇ ਦਿਨਾਂ 'ਚ, ਉਦੋਂ ਇਹਨਾਂ ਦੇ ਅਸੀਂ ਨਾਲ ਆਏ ਹਾਂ। ਇਹਨਾਂ ਨੇ ਅਸੀਂ ਧਰਨਾ ਵੀ ਲਾਇਆ ਇੱਥੇ, ਮੁਜ਼ਾਹਰਾ ਵੀ ਕੀਤਾ, ਸਾਰਾ ਕੁਛ ਰੂਸ ਮੁਜ਼ਾਹਰਾ ਵੀ ਕੀਤਾ ਇਹਨਾਂ ਦੇ ਦਫ਼ਤਰ ਦੇ ਮੂਹਰੇ, ਅਤੇ ਅੱਜ ਵੀ ਆਪਾਂ ਦਫ਼ਤਰ ਮੂਹਰੇ ਖੜੇ ਪਟਿਆਲਾ। ਅਤੇ ਉਦੋਂ ਇਹਨਾਂ ਨੇ ਸਾਨੂੰ ਚੈੱਕ ਦੇ ਕੇ ਅਤੇ ਗੱਡੀ ਦਾ ਕਿਰਾਇਆ ਅਸੀਂ ਦਵਾਇਆ, ਉਹਦੇ 'ਤੇ ਵਿਸ਼ਵਾਸ ਕਰਕੇ, ਅਤੇ 10 ਤਰੀਕ ਤੱਕ ਤੁਹਾਡੀ ਪੇਮੈਂਟ ਸਾਰੀ ਕਲੀਅਰ ਕਰ ਦਿਆਂਗੇ। 8 ਤਰੀਕ ਨੂੰ ਮੈਂ ਫੋਨ ਲਾਇਆ, ਇਹਨਾਂ ਨੇ ਮੇਰਾ ਫੋਨ ਚੱਕਿਆ, ਅਟੈਂਡ ਕੀਤਾ, ਅਤੇ ਪ੍ਰਧਾਨ ਜੀ ਬੇਫਿਕਰ ਹੋ ਜਾਓ, ਮੈਂ ਕਿਹਾ ਵੀ ਜਿਵੇਂ ਤੁਸੀਂ ਚੈੱਕ ਦਿੱਤੇ ਸੀ ਉਵੇਂ ਤਾਂ ਡੇਟਾਂ ਟੱਪ ਗਈਆਂ। ਇਹ ਆਦੇ ਸੀ ਪ੍ਰਧਾਨ ਜੀ, ਆਦੇ 10 ਤਰੀਕ ਨੂੰ ਤੁਹਾਡੇ ਪੈਸੇ ਖਾਤੇ 'ਚ ਹੋਣਗੇ, ਜਾਂ 9 ਨੂੰ ਜਾਂ 10 ਨੂੰ, ਅਤੇ ਤੁਸੀਂ ਉਦੋਂ ਅਗਲੇ ਦਿਨ ਸਾਡੇ ਚੈੱਕ ਇੱਥੇ ਵਾਪਸ ਭੇਜ ਦਿਓ। ਮੈਂ ਕਿਹਾ ਵੀ ਤੁਸੀਂ ਬੇਫਿਕਰ ਹੋ ਜਾਓ, 9 ਨੂੰ ਇਹਨਾਂ ਨੇ ਫੋਨ ਚੱਕਣਾ ਬੰਦ ਕਰਤਾ, 10 ਨੂੰ ਸਾਡੇ DC ਦਫ਼ਤਰਾਂ ਮੂਹਰੇ ਧਰਨੇ ਸੀਗੇ। ਧਰਨੇ ਤੋਂ ਬਾਅਦ ਮੈਂ ਇਹਨਾਂ ਨੂੰ ਫੋਨ ਲਾਇਆ, ਸਾਡੇ ਪਟਿਆਲਾ ਜ਼ਿਲ੍ਹੇ ਦੇ ਪ੍ਰਧਾਨ ਨੂੰ ਫੋਨ ਲਾਇਆ, ਉਹਨਾਂ ਨੇ ਲਾਇਆ, ਇਹਨਾਂ ਨੇ ਫੋਨ ਨਹੀਂ ਚੱਕਿਆ। ਉਸ ਤੋਂ ਬਾਅਦ 11 ਨੂੰ ਸੰਡੇ ਆ ਗਿਆ, ਅਤੇ ਅੱਜ ਅਸੀਂ 12 ਨੂੰ ਇੱਥੇ ਖੜ੍ਹੇ ਹਾਂ, ਅਤੇ ਅੱਜ ਇੱਕ ਪਾਸਾ ਕਰਕੇ ਜਾਵਾਂਗੇ, ਪੈਸੇ ਲੈ ਕੇ ਜਾਏ ਬਿਨਾਂ ਅਸੀਂ ਮੁੜਦੇ ਨਹੀਂ। ਇਹ ਕਿਸਾਨ ਦੇ ਘਰੇ ਧੀ ਦਾ ਵਿਆਹ ਧਰਿਆ ਹੋਇਆ, ਇਹੀ ਤਾਂ ਅਸੀਂ ਗੱਲਾਂ ਕਰਦੇ ਹਾਂ ਮਹਤਾਜ, ਵੀ ਲੋਕੋ ਜ਼ਮੀਨਾਂ ਨਾ ਵੇਚੋ, ਲੋਕੋ ਜ਼ਮੀਨਾਂ ਨਾ ਵੇਚੋ। ਪਤਾ ਕੀ ਕਹਿਣਗੇ, ਇਹ ਬਿੱਟੂ ਤਾਂ ਪਾਗਲ ਹੋ ਗਿਆ, ਇਹ ਹੁਣ ਸਿਆਣਫਾਂ ਦੀਆਂ ਗੱਲਾਂ ਕਰਦਾ, ਮੱਤਾਂ ਦਿੰਦਾ ਵੀ ਜ਼ਮੀਨਾਂ ਨਾ ਵੇਚੋ, ਲੈ 50 ਲੱਖ ਦਾ ਭਾਅ ਹੋ ਗਿਆ। ਕੰਪਨੀਆਂ, ਸਰਕਾਰਾਂ ਬੜੀਆਂ ਮਤਲਬ ਕਿ ਚਲਾਕ ਨੇ, ਸਿਆਣੀਆਂ ਨੇ, ਵੀ ਇਹਨਾਂ ਦੀ ਜ਼ਮੀਨਾਂ ਅਸੀਂ ਕਿਵੇਂ ਖੋਣੀਆਂ। ਇਹ ਤਰੀਕੇ ਨਾਲ ਜ਼ਮੀਨਾਂ ਖੋਣ 'ਤੇ ਭਰਾਵਾ ਲੱਗੇ ਹੋਏ ਆ। ਭਗਵੰਤ ਮਾਨ ਪਿਛਲੇ ਦਿਨਾਂ ਦੇ ਵਿੱਚ ਆਹਦਾ ਸੀ ਨਾ, ਆਹਦਾ ਮੇਰੀਆਂ ਸਪੀਚਾਂ ਕੱਢੋ ਪਾਰਲੀਮੈਂਟ ਦੇ ਵਿੱਚ, ਆਹਦਾ ਮੈਂ ਸਭ ਤੋਂ ਵੱਧ ਆਵਾਜ਼ਾਂ ਚੱਕੀਆਂ, ਅਤੇ ਭਗਵੰਤ ਮਾਨ ਸਿਆਂ ਆਹ ਲੁੱਟ ਨਹੀਂ ਦਿਸ ਰਹੀ ਤੈਨੂੰ,
ਆ ਕਿਸਾਨ ਜ਼ਮੀਨਾਂ ਵੇਚ ਵੇਚ ਕੇ ਪੈਸੇ ਦੇ ਰਹੇ ਆ ਅਤੇ ਇਹਨਾਂ ਨੂੰ ਚੈੱਕ ਦੇ ਰਹੇ ਆ ਜ਼ਬਾਨਾਂ ਕਰਕੇ ਧਰਨੇ ਲਾ ਕੇ ਅਤੇ ਅਸੀਂ ਉਵੇਂ ਦੇ ਉਵੇਂ ਚੈੱਕ ਲਈ ਫਿਰਦੇ ਹੁਣ ਇਹਨਾਂ ਦਾ ਕੀ ਚਾਰ ਪਾਲ ਕੇ ਘਰੇ ਅਤੇ ਭਗਵੰਤ ਮਾਨ ਸਿੰਘ ਤੂੰ ਤਾਂ ਉਦੋਂ ਸਪੀਚਾਂ ਦਿੰਦਾ ਸੀ ਆਹਦਾ ਮੇਰੀਆਂ ਕੱਢ ਕੇ ਵੇਖੋ ਤੇਰੀਆਂ ਸਪੀਚਾਂ ਨੂੰ ਚੱਟਣਾ ਅੱਜ ਤੇਰੇ ਕੋਲ ਪਾਵਰ ਆ ਗਈ ਅੱਜ ਤੂੰ ਮੁੱਖ ਮੰਤਰੀ ਦੇ ਅਹੁਦੇ 'ਤੇ ਬੈਠਾ ਅੱਜ ਤੂੰ ਕਰ ਕਾਰਵਾਈ ਕਰ ਲੁੱਟ ਬੰਦ ਕਰ ਅੱਜ ਕਿਉਂ ਨਹੀਂ ਕਰ 70% ਏਜੰਟ ਲੁੱਟ ਕਰੀ ਜਾਂਦੇ ਨੇ ਸਾਡੇ ਲੋਕਾਂ ਦੀ ਸਰਕਾਰ ਕਾਰਵਾਈ ਕਿਉਂ ਨਹੀਂ ਕਰਦੀ ਸਰਕਾਰਾਂ ਕੋਲ ਹਿੱਸਾ ਜਾਂਦਾ ਅੱਛਾ ਫਿਰ ਅਸੀਂ ਇਹੀ ਸਮਝ ਕੇ ਇਹਨਾਂ ਕੋਲ ਹਿੱਸਾ ਜਾਂਦਾ ਕਿਸੇ ਇਹ ਕੀ ਅਸੂਲ ਹੋਇਆ ਵੀ ਲੈ ਕੇ 20 ਲੱਖ ਰੁਪਈਆ ਸਾਲ ਭਰ ਬੱਚੇ ਦਾ ਕੈਰੀਅਰ ਬਰਬਾਦ ਕਰਕੇ 20 ਲੱਖ ਰੁਪਈਆ ਲੈ ਕੇ ਕਹਿ ਦੇਣਾ ਤੂੰ 16 ਲੱਖ ਲੈ ਲੈਣਾ ਤਾਂ ਨਹੀਂ ਆਪਦਾ ਕੰਮ ਕਰ ਨਾਲੇ ਤਾਂ ਸਾਲ ਭਰ ਬੱਚੇ ਦਾ ਕੈਰੀਅਰ ਬਰਬਾਦ ਕੀਤਾ ਨਾਲੇ 4 ਲੱਖ ਦੀ ਕਾਟ ਲਾਈ ਨਾਲੇ ਸਾਲ ਦਾ ਤੁਸੀਂ 2 ਸਾਲ ਦਾ ਉਹਦਾ ਵਿਆਜ ਲਾ ਲਓ ਅਤੇ ਨਾਲੇ ਕਿਸਾਨ ਦਾ ਪ੍ਰੋਪਰਟੀ ਦਾ ਜਿਹੜਾ ਨੁਕਸਾਨ ਕੀਤਾ ਆਰਥਿਕ ਤੌਰ 'ਤੇ ਨੁਕਸਾਨ ਕੀਤਾ ਮਾਨਸਿਕ ਤੌਰ 'ਤੇ ਨੁਕਸਾਨ ਕੀਤਾ ਉਹ ਵੱਖਰਾ ਇਹ ਕਿਹੜਾ ਕਾਨੂੰਨ ਆ ਗਿਆ ਇਹਦਾ ਮਤਲਬ ਇਹਦੇ ਹਿੱਸੇ ਜਾਂਦੇ ਆ ਫਿਰ ਤੁਸੀਂ ਐਂ ਦੇਖੋ ਐਡੀ ਬੇਸ਼ਰਮੀ ਦੀ ਹੱਦ ਹੈ ਯਾਰ ਸਾਡੇ ਨਾਲ ਵਾਅਦਾ ਕਰਕੇ ਜਥੇਬੰਦੀਆਂ ਦੇ ਨਾਲ ਨਾਲੇ ਇਹਨਾਂ ਨੂੰ ਪਤਾ ਇਹਨਾਂ ਨੇ ਝੰਡੇ 'ਚ ਡੰਡਾ ਪਾ ਕੇ ਮੈਦਾਨ 'ਚ ਆ ਕੇ ਬਹਿ ਜਾਣਾ ਠੀਕ ਹੈ ਸਾਡੇ ਨਾਲ ਵਾਅਦਾ ਕਰਕੇ ਸਾਨੂੰ ਭਰੋਸੇ 'ਚ ਲੈ ਕੇ ਸਾਨੂੰ ਚੈੱਕ ਦੇ ਕੇ ਅਤੇ ਯਾਰ 8ਵੇਂ ਦਿਨ ਸਾਡੇ ਫੋਨ ਚੱਕਣੋਂ ਬੰਦ ਹੋ ਗਏ ਸਾਨੂੰ ਨਹੀਂ ਨਿਆਂ ਦਿੰਦੇ ਆਮ ਬੰਦੇ ਨੂੰ ਇਹ ਕੀ ਨਿਆਂ ਦਿੰਦੇ ਆ ਤਾਂ ਕਰਕੇ ਲੋਕਾਂ ਨੂੰ ਆਵਾਜ਼ਾਂ ਮਾਰਦੇ ਆ ਵੀ ਨਾ ਵੇਚੋ ਜ਼ਮੀਨਾਂ ਨਾ ਜਾਓ ਬਾਹਰ ਉੱਥੇ ਕਿਹੜਾ ਧੱਗਾ ਲੱਗੀਆਂ ਪਈਆਂ ਜਿਹੜੀਆਂ ਚੱਕ ਲਿਆਓਗੇ ਠੀਕ ਹੈ ਬੱਚਿਆਂ ਖਾਤਰ ਬਹੁਤ ਕੁਛ ਕਰਦਾ ਪਰ ਇੱਕ ਸ਼ਖਸ ਦੀ ਖਾਤਰ ਇੰਨਾ ਕੁਛ ਵੀ ਦਾਅ 'ਤੇ ਨਾ ਲਾਓ ਵੀ ਤੁਸੀਂ ਸਾਰਾ ਕੁਛ ਪਿਛਲੇ ਪਰਿਵਾਰ ਦੇ ਜੀਆਂ ਦੀ ਵੀ ਜ਼ਿੰਦਗੀ ਦਾਅ 'ਤੇ ਲੱਗ ਜੇ ਸਰਕਾਰਾਂ ਨੰਗੀਆਂ ਹੋ ਰਹੀਆਂ ਸਭ ਤੋਂ ਵੱਧ ਸਰਕਾਰਾਂ ਕੋਲ ਹਿੱਸਾ ਜਾਂਦਾ ਇਹਦਾ ਦੂਜੀ ਸਰਕਾਰ ਆ ਇਹ ਜਿਹੜੀ ਪੰਜਾਬ ਦੇ ਲੋਕਾਂ ਦਾ ਲੁੱਟ ਕਰ ਰਹੀ ਹੈ ਇਹ ਦੂਜੀ ਸਰਕਾਰ ਆ ਜਿਹੜੀ ਪੰਜਾਬ ਦੇ ਲੋਕਾਂ ਦੀ ਜ਼ਮੀਨਾਂ ਵਿਕਾ ਰਹੀ ਹੈ ਕਿੱਥੇ ਗਿਆ ਭਗਵੰਤ ਮਾਨ ਕਿੱਥੇ ਗਈ ਆਮ ਲੋਕਾਂ ਦੀ ਸਰਕਾਰ ਜਿਹੜੀ ਪਿੰਡਾਂ ਤੋਂ ਚੱਲਦੀ ਸੀ ਸੱਥਾਂ ਤੋਂ ਚੱਲਦੀ ਸੀ ਗਲੀਆਂ ਤੋਂ ਚੱਲਦੀ ਸੀ ਕਿੱਧਰ ਗਿਆ ਆਮ ਲੋਕਾਂ ਦਾ ਮੁੰਡਾ ਕਿੱਧਰ ਗਿਆ ਆਮ ਘਰ ਦਾ ਮੁੰਡਾ ਕਿੱਧਰ ਗਿਆ ਆਮ ਇੱਕ ਮਾਸਟਰ ਜੀ ਦਾ ਮੁੰਡਾ ਅੱਜ ਉਹ ਕਿੱਥੇ ਬੈਠਾ ਅੱਜ ਨਜ਼ਰ ਕਿਉਂ ਨਹੀਂ ਆਉਂਦਾ ਅੱਜ ਉਹਨੂੰ ਲੋਕ ਜਿਹੜੇ ਕਰਲਾ ਰਹੇ ਨੇ ਜਿਨ੍ਹਾਂ ਨੂੰ ਆ ਪੰਜ ਪੰਜ ਮੰਜ਼ਿਲਾਂ ਵਾਲੇ ਠੱਗ ਰਹੇ ਨੇ ਜਿਨ੍ਹਾਂ ਦੇ ਲੱਖਾਂ ਰੁਪਈਆ ਜੇਬਾਂ ਦੇ ਵਿੱਚੋਂ ਕੱਢ ਕੇ ਅਤੇ ਇੱਥੇ ਆਲੀਸ਼ਾਨ ਮਹਿਲ ਬਣਾਈ ਬੈਠੇ ਹੈ ਇਹ ਲੋਕ ਵੱਡੀ ਪੱਧਰ 'ਤੇ ਲੁੱਟ ਕਰੀ ਜਾਂਦੇ ਇਹਨਾਂ 'ਤੇ ਪਰਚਾ ਦਰਜ ਕਿਉਂ ਨਹੀਂ ਹੁੰਦਾ ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਅੱਜ ਇਹ ਸਵਾਲ ਜਵਾਬ ਦੇਣਾ ਚਾਹੀਦਾ ਸਰਕਾਰ ਨੂੰ ਵੀ ਇਹ ਲੁੱਟ ਨੂੰ ਕਦੋਂ ਬੰਦ ਕਰੋਗੇ ਇਹ ਸਭ ਤੋਂ ਵੱਡੀ ਬਲੈਕ ਹੈ ਇਹਨੂੰ ਕਿੱਦਾਂ ਬੰਦ ਕਰੋਗੇ ਇਹਦਾ ਆ ਕੇ ਜਵਾਬ ਦੇ ਦੇ ਸਰਕਾਰ ਵੱਡੀ ਪੱਧਰ 'ਤੇ ਇਹਦੀ ਲੁੱਟ ਆ ਚੈੱਕ ਜਿਹੜੇ ਦਿੱਤੇ ਸੀ ਆ ਸਾਹਮਣੇ ਹੈ ਹੁਣ ਇਹਦਾ ਕੀ ਕਰੀਏ ਇਹਦਾ ਹੱਲ ਇਹਦਾ ਹੱਲ ਇਹ ਆ ਹੁਣ ਅਸੀਂ ਅੱਜ ਅੰਦਰ ਚੱਲੇ ਹਾਂ ਇੱਕ ਪਾਸਾ ਕਰਕੇ ਜਾਵਾਂਗੇ ਠੀਕ ਹੈ ਬਾਈ ਤੁਸੀਂ ਲਵਾਇਆ ਸੀ ਵੀ ਹਾਂਜੀ ਕਿੱਥੋਂ ਦਾ ਕਿਵੇਂ ਸੀ ਸਾਰੀ ਗੱਲ ਦੱਸੋ ਸ਼ੁਰੂ ਤੋਂ ਆਸਟ੍ਰੇਲੀਆ ਦੀ ਫਾਈਲ ਲਗਵਾਈ ਸੀ ਜੀ ਇਹਨਾਂ ਤੋਂ ਜੂਨ ਦਾ ਮੰਨ ਕੇ ਚਲੋ 15 ਜੂਨ ਤੱਕ ਇਹਨਾਂ ਨੇ ਸਾਨੂੰ ਪ੍ਰੋਸੈਸ ਸਾਰਾ ਸਮਝਾਤਾ ਕਹਿੰਦੇ ਮਹੀਨੇ ਡੂਢ ਮਹੀਨੇ ਤੁਹਾਡਾ ਵੀਜ਼ਾ ਆ ਜੂਗਾ ਅਸੀਂ ਵੀ ਚਲੋ ਮੰਨ ਲਈ ਅਸੀਂ ਇਹਨਾਂ ਨੇ ਸਾਨੂੰ ਦੱਸੀ ਗਈ ਜਿਵੇਂ ਜਿਵੇਂ ਪੈਸੇ ਭਰਨੇ ਸਟੈਪ ਬਾਏ ਸਟੈਪ ਭਰੀ ਗਏ ਅਤੇ ਸਾਨੂੰ ਜਦੋਂ ਅਸੀਂ ਫੋਨ ਲਾਇਆ ਕਰਕੇ ਹਫ਼ਤਾ ਡੀਕਲੋ 10 ਦਿਨ ਡੀਕਲੋ ਪਹਿਲਾਂ ਤਾਂ ਐਂ ਚੱਲਿਆ ਕੰਮ ਜਦੋਂ ਐਂਡ 'ਤੇ ਆ ਗਏ ਸਾਡਾ ਫੋਨ ਚੱਕਣੋਂ ਬੰਦ ਕਰਤਾ ਇਹਨਾਂ ਨੇ ਜਦੋਂ ਫਿਰ ਅਸੀਂ ਜ਼ਿਆਦਾ ਇਹਨਾਂ ਨੂੰ ਤੰਗ ਕੀਤਾ ਫਿਰ ਸਾਨੂੰ ਇੱਕ ਦਿਨ ਇਹ ਕਹਿੰਦੇ ਤੁਹਾਡੀ ਰਿਫਿਊਜ਼ਲ ਆ ਗਈ ਅਸੀਂ ਆਖਿਆ ਚਲੋ ਠੀਕ ਹੈ ਅਸੀਂ ਆਖਿਆ ਚਲੋ ਸਾਡੀ ਪੇਮੈਂਟ ਜਿਹੜੀ ਉਹ ਵਾਪਸ ਕਰ ਦਿਓ ਕਹਿੰਦੇ ਤੁਹਾਨੂੰ ਅਸੀਂ ਇੱਕ ਡੇਟ ਦੇਵਾਂਗੇ ਫਿਕਸ ਤੁਸੀਂ ਉਦੋਂ ਸਾਡੇ ਕੋਲ ਆ ਜਾਓ ਜੇ ਸਾਨੂੰ ਇਹਨਾਂ ਨੇ ਡੇਟ ਦਿੱਤੀ 7 ਤਰੀਕ ਕਿਹਾ ਸੀ ਇਹਨਾਂ ਨੇ ਅਸੀਂ ਉਦੋਂ ਇਹਨਾਂ ਨੂੰ ਫੋਨ ਲਾਇਆ ਇਹਨਾਂ ਨੇ ਫੋਨ ਨਾ ਚੱਕਿਆ ਫਿਰ ਅਸੀਂ ਆਏ ਇੱਕ ਦਿਨ ਫਿਰ ਇਹਨਾਂ ਨੇ ਸਾਨੂੰ ਸਾਰਾ ਕੁਛ ਸਮਝਾਤਾ ਤੁਹਾਡਾ 1 ਲੱਖ ਰੁਪਈਆ ਕੱਟਿਆ ਜਾਊਗਾ ਤੁਹਾਡਾ 1.25 ਲੱਖ ਕੱਟਿਆ ਜਾਊਗਾ ਅਸੀਂ ਆਖਿਆ ਚਲੋ ਠੀਕ ਹੈ ਅਸੀਂ ਘਰੇ ਰਾਇ ਕਰਕੇ ਆਉਂਦੇ ਹਾਂ ਫਿਰ ਅਸੀਂ ਪ੍ਰਧਾਨ ਸਾਹਿਬ ਨੂੰ ਮਿਲੇ ਫਿਰ ਇਹਨਾਂ ਨੂੰ ਸਾਰੀ ਗੱਲ ਸਮਝਾਈ ਫਿਰ ਅਸੀਂ ਆ ਪਿਛਲੇ 1-30 ਤਰੀਕ ਦੇ ਆਸੇ ਪਾਸੇ ਆਏ ਸੀਗੇ ਸਾਨੂੰ ਇਹਨਾਂ ਨੇ ਆ ਚੈੱਕ ਦਿੱਤੇ ਵੀ ਕਹਿੰਦੇ ਤੁਹਾਡੇ 15 ਤਰੀਕ ਤੱਕ ਸਾਰੇ ਪੈਸੇ ਕਲੀਅਰ ਕਰ ਦਿਆਂਗੇ ਫਿਰ ਸਾਨੂੰ ਕਹਿਣ ਲੱਗ ਪਏ ਜਦੋਂ ਮੈਂ ਇਹਨਾਂ ਨੂੰ 6 ਤਰੀਕ ਨੂੰ ਫੋਨ ਲਾਇਆ ਮੈਂ ਕਿਹਾ ਵੀ ਸਾਡੇ ਚੈੱਕ ਦੇ ਪੈਸੇ ਨਹੀਂ ਆਏ ਕਹਿੰਦੇ ਸਾਡੇ ਖਾਤੇ ਦੀ ਲਿਮਿਟ ਪੂਰੀ ਹੋ ਗਈ ਗੂਗਲ ਪੇ ਦੀ ਲਿਮਿਟ ਪੂਰੀ ਹੋ ਗਈ ਤੁਹਾਡੀ ਵਾਰੀ ਕੱਲ੍ਹ ਨੂੰ ਆਊਗੀ ਕੱਲ੍ਹ ਨੂੰ ਕਰ ਦਿਆਂਗੇ ਫਿਰ ਮੈਂ ਅਗਲੇ ਦਿਨ ਫੋਨ ਲਾਇਆ ਕਹਿੰਦੇ ਸ਼ਾਮ ਤੱਕ ਤੁਹਾਡੇ ਕਲੀਅਰ ਕਰ ਦਿਆਂਗੇ ਮੈਂ ਕਿਹਾ ਮੈਨੂੰ ਪੱਕਾ ਦੱਸੋ ਮੈਂ ਕਿਹਾ ਸਾਨੂੰ ਪ੍ਰਧਾਨ ਸਾਹਿਬ ਪੁੱਛ ਰਹੇ ਵੀ ਤੁਹਾਡੇ ਪੈਸੇ ਆ ਗਏ ਜਾਂ ਨਹੀਂ ਵੀ ਤੁਸੀਂ ਕਰੋਗੇ ਜਾਂ ਨਹੀਂ ਕਹਿੰਦੇ ਹਾਂ ਕਰਾਂਗੇ ਪੱਕਾ ਸ਼ਾਮ ਤੱਕ ਕਰ ਦਿਆਂਗੇ
ਫਿਰ ਸਾਡਾ ਫੋਨ ਚੱਕਣੋਂ ਬੰਦ ਹੋ ਗਿਆ ਇਹਨਾਂ ਨੇ ਕਰਿਆ, ਫਿਰ ਅਸੀਂ ਅੱਜ ਆਏ ਹਾਂ ਜੀ ਇੱਥੇ। ਹਾਂਜੀ ਬਾਈ, ਜਿਵੇਂ 11-12 ਲੱਖ ਰੁਪਈਆ ਵੱਡੀ ਅਮਾਊਂਟ ਹੁੰਦੀ ਹੈ, ਫਿਰ ਕਿੱਥੋਂ ਅਰੇਂਜ ਕੀਤੀ ਸਾਰੀ? ਅਰੇਂਜ ਜੀ ਕੋਈ ਸਾਖ ਸੰਬੰਧਾਂ ਤੋਂ, ਰਿਸ਼ਤੇਦਾਰਾਂ ਤੋਂ ਫੜ ਕੇ ਵੀ ਐਂ ਮੰਨ ਕੇ ਚਲੋ ਕਰਿਆ, ਕੋਈ ਵਿਆਜੂ ਲੈ ਕੇ ਕੋਈ ਕਾਢਤੀਏ ਤੋਂ ਆਈ ਹੋਣੀ ਜੀ। ਇੰਨੇ ਪੈਸੇ ਭਰੇ ਤੇ ਹੁਣ ਉਮੀਦ ਸੀਗੀ ਵੀ ਜਿਵੇਂ ਮੁੜੇ ਆਉਣਗੇ ਇੰਨੇ ਦਿਨਾਂ 'ਚ? ਨਹੀਂ, ਉਮੀਦ ਤਾਂ ਸੀਗੀ ਜਦੋਂ ਉਹਨਾਂ ਨੇ ਸਾਨੂੰ ਇੰਨੇ ਇੰਨੇ ਸਾਡੇ ਨਾਲ ਵਾਅਦੇ ਕਰੇ, ਸਾਨੂੰ ਕਿਰਾਇਆ ਵੀ ਦਿੱਤਾ ਗੱਡੀ ਦਾ, ਜਦੋਂ ਚੈੱਕ ਦਿੱਤੇ ਨਾਲ ਸਾਡੇ ਨਾਲ ਵਾਅਦਾ ਕਰਿਆ ਵੀ ਤੁਹਾਨੂੰ 15 ਤਰੀਕ ਤੱਕ ਕਲੀਅਰ ਕਰ ਦਿਆਂਗੇ। ਉਮੀਦ ਸੀਗੀ ਆਉਣ ਦੀ, ਪਰ ਇੰਨਾ ਨਹੀਂ ਪਤਾ ਸੀਗਾ ਵੀ ਐਂ ਕਰਨਗੇ ਵੀ ਨਹੀਂ ਪਾਉਂਦੇ ਪੈਸੇ। ਜਿਵੇਂ ਪਰਿਵਾਰ ਦੇ ਵਿੱਚ ਵਿਆਹ ਤੁਹਾਡੀ ਭੈਣ ਦਾ ਤਾਂ ਹੋਇਆ? ਹਾਂਜੀ, ਮੇਰੀ ਭੈਣ ਦਾ ਹੀ ਹੈ। ਹਾਂ, ਫਿਰ ਉੱਥੇ ਵੀ ਔਖਾ ਹੁੰਦਾ ਹੋਣਾ ਖਰਚਾ? ਹਾਂਜੀ ਹਾਂਜੀ ਹਾਂਜੀ। ਬੱਕਰੇ ਚੱਲ ਰਹੀਆਂ ਤਿਆਰੀਆਂ ਹੀ, ਹਜੇ ਫਰਨੀਚਰ ਦਾ ਸਮਾਨ ਲੈਣਾ, ਟੈਨਸ਼ਨਾਂ ਬਹੁਤ ਆ, ਬਸ ਵੇਹਨੇ ਅੱਜ ਕੀ ਬਣਦਾ, ਜਾਏ ਇੱਕ ਪਾਸਾ ਕਰਕੇ ਜਾਵਾਂ। ਉਦੋਂ ਉਦੋਂ ਤੁਹਾਨੂੰ ਐਂ ਸੀਗਾ ਚਲੋ ਉਦੋਂ ਤੱਕ ਪੈਸੇ ਆ ਜਾਣਗੇ, 5-4 ਦਿਨ ਪਹਿਲਾਂ ਹਨਾ ਵੀ ਕਰ ਲਾਂਗੇ। ਹਾਂਜੀ ਹਾਂਜੀ, ਚਲੋ ਐਂ ਆਸ ਹੀ ਹੁੰਦੀ ਹੈ ਜੇ ਇੱਕ ਜ਼ਿਮੀਂਦਾਰ ਨੂੰ, ਤਾਂ ਜਾਂ ਫਸਲ ਤੋਂ ਆਸ ਹੁੰਦੀ ਹੈ ਤਾਂ ਜਾਂ ਬਾਈ ਇੱਥੋਂ ਆਸ ਸੀਗੀ ਵੀ ਚੱਲ ਮੁੜੇ ਆਉਣਗੇ ਉਦੋਂ ਨੂੰ, ਅਤੇ ਚਲੋ ਕਰ ਲਾਂਗੇ ਕੋਈ ਖੱਬਾ ਸੱਜਾ, ਪਰ ਇਹਨਾਂ ਨੇ ਤਾਂ ਜਮਾਂ ਹੀ ਹੱਦ ਹੀ ਕਰਤੀ, ਚੈੱਕ ਦੇ ਕੇ ਸਾਡਾ ਜਵਾਨ ਕਰਕੇ ਮੁੱਕਰ ਗਏ। ਜਿਵੇਂ ਜਿਵੇਂ ਤੁਸੀਂ ਕਿਹਾ ਕਿ ਤਿਆਰੀਆਂ ਚੱਲ ਰਹੀਆਂ, ਪਰ ਤੁਹਾਡੇ ਡੈਡੀ ਵੀ ਇੱਥੇ, ਤੁਸੀਂ ਵੀ ਇੱਥੇ ਫਿਰਦੇ ਹੋ, ਪਰਿਵਾਰ ਦੇ ਵਿੱਚ ਵਿਆਹ ਧਰਿਆ ਹੋਇਆ ਇੱਦਾਂ ਵੀ ਹੈ ਨਾ? ਹਾਂਜੀ ਹਾਂਜੀ, ਹੁਣ ਟੈਨਸ਼ਨਾਂ ਤਾਂ ਹੁਣ ਇਹਨਾਂ ਨੂੰ ਵੀ ਬਹੁਤ ਆ ਜੀ, ਸਾਰਿਆਂ ਨੂੰ ਹੁਣ ਆ ਖੜੇ ਮੇਰੇ ਫਾਦਰ ਸਾਹਿਬ, ਹੁਣ ਇਹਨਾਂ ਨੇ ਵੀ ਪੈਸੇ ਕਿਵੇਂ ਅਰੇਂਜ ਕੀਤੇ, ਰਾਤ ਨੂੰ ਨੀਂਦ ਨਹੀਂ ਆਉਂਦੀ ਵੀ ਇੰਨਾ ਪੈਸਾ ਸਿਰ ਚੜ੍ਹੇ ਕਿਵੇਂ ਕਰਾਂਗੇ। ਜ਼ਿਮੀਂਦਾਰ ਹੁੰਦਾ ਘਰੇ ਸਬਜ਼ੀ ਨਹੀਂ ਮੁੱਲ ਲੈਂਦਾ, ਸਬਜ਼ੀ ਵੀ ਘਰੇ ਲਾਉਂਦਾ ਆਪਦੇ, ਹੁਣ ਸਾਨੂੰ ਇੱਥੇ 20-20 ਲੱਖ ਰੁਪਈਆ ਭਰਨਾ ਪੈ ਗਿਆ, ਟੈਨਸ਼ਨਾਂ ਮਾਮੂਲੀ ਗੱਲ ਹੀ, ਟੈਨਸ਼ਨ ਹੁੰਦੀ ਹੁੰਦੀ ਹੈ। ਬਿਲਕੁਲ, ਤੁਹਾਡੇ ਵੀ ਹੈ ਜੀ ਪੈਸੇ ਕੋਈ? ਹਾਂ, ਸਾਡੇ ਵੀ ਪੈਸੇ ਹੈ, ਮੇਰਾ ਬੇਟਾ ਹੀ ਹੈ ਜੀ। ਠੀਕ ਹੈ। ਹਾਂਜੀ, ਸਾਡਾ ਵੀ ਹੈਗਾ 11-12 ਲੱਖ ਰੁਪਈਆ ਹੀ ਹੈ। ਅੱਛਾ ਜੀ। ਅਸੀਂ ਵੀ ਆਸਟ੍ਰੇਲੀਆ ਕਰਕੇ ਭਰਿਆ ਸੀਗਾ ਵੀ ਸਾਨੂੰ ਆਪਣੇ ਬਾਹਰ ਭੇਜ ਦਿਆਂਗੇ ਅਸੀਂ 1-1.5 ਮਹੀਨੇ 'ਚ ਜੀ। ਬਸ ਉਹ ਕੋਈ ਇੱਥੇ ਇੱਕ ਮੁੰਡੇ ਨੇ ਭਰੇ ਸੀ ਪਹਿਲਾਂ, ਉਸ ਘੱਟ ਲੈਂਦੇ ਸੀ ਪੈਸੇ, ਸਾਨੂੰ ਲਾਲਚ ਹੋ ਗਿਆ ਵੀ ਚਲੋ ਘੱਟ ਹੈ, ਉਹ ਸਿਆਉਣਾ ਸੂਣਾ ਵੇਚ ਕੇ ਕੁਛ ਫੜ ਫੜਾ ਕੇ ਭਰੇ ਵੀ ਚਲੋ ਘੱਟ ਨਾ ਸਰ ਜੇ, ਵੀ ਉੱਥੇ 12-13 ਲੱਖ ਮੰਗਦੇ, ਸਾਨੂੰ ਉਹਦੇ 10 ਲੱਖ ਰੁਪਈਏ 'ਚ ਕਰ ਦਿਆਂਗੇ। ਨਾਲ ਇੱਕ ਗੁੱਡੀ ਦੇ ਵੀ ਭਰੇ ਸੀਗੇ ਜੀ ਪੈਸੇ, ਉਹ ਇਹ ਸਾਨੂੰ ਉਹਦੇ 1 ਲੱਖ ਰੁਪਈਆ ਭਰ ਦਿਓ, ਦੂਜੇ ਅਸੀਂ ਕੋਲੋਂ ਭਰ ਦਿਆਂਗੇ, ਤੁਸੀਂ ਬਾਅਦ 'ਚ ਦੇ ਦਿਓ ਜਦੋਂ ਵੀਜ਼ਾ ਆ ਗਿਆ। ਅਸੀਂ ਆਖਿਆ ਚਲੋ ਠੀਕ ਹੈ ਜੀ, ਉਹ ਮੁੜ ਕੇ ਵੀਜ਼ਾ ਕਾਹਦਾ ਆਉਣਾ ਜੀ, ਸਾਨੂੰ ਤਾਂ ਐਂ ਵੀ ਇਹਨਾਂ ਨੇ ਫੈਲ ਹੀ ਨਹੀਂ ਲਾਈ ਗਈ। ਅੱਛਾ। 11-12 ਲੱਖ ਦਾ ਵਿਆਜ ਹੀ ਖਾ ਕੇ 9 ਮਹੀਨੇ ਹੋ ਗਏ। ਅੱਛਾ, ਪਹਿਲਾਂ ਜਿਵੇਂ ਟੋਫੀਆਂ ਦਿੰਦੇ ਹੁੰਦੇ ਮਿੱਠੀਆਂ ਨਾ ਵੀ ਚਲੋ ਤੁਹਾਡਾ ਵੀਜ਼ਾ ਆਜੂਗਾ, ਬਾਅਦ ਦੇ ਦਿਓ ਪੈਸੇ ਕੋਈ ਚੱਕਰ? ਹਾਂਜੀ ਹਾਂਜੀ ਹਾਂਜੀ, ਫਿਰ ਜਿਹੜੇ ਦਿੱਤੇ ਉਹ ਵੀ ਨਹੀਂ ਮੁੜੇ, ਉਹ ਵੀ ਨਹੀਂ ਮੁੜੇ ਜੀ। ਹੂੰ, ਕਹਿ ਕੇ ਵੀ ਨਹੀਂ ਸਾਨੂੰ ਚੈੱਕ ਦਿੱਤੇ ਸੀ ਤਾਂ ਵੀ ਨਹੀਂ ਪੈਸੇ ਇਹਨਾਂ ਨੇ ਵਾਪਸ ਕਰੇਗੇ। ਹਾਂ, ਇਹਦਾ ਸਾਡੇ ਆ ਪ੍ਰਧਾਨ ਜੀ ਆ ਜਿਹੜੇ ਜੁਨੀਆਂ ਨੇ, ਇਹਨਾਂ ਨੇ ਸਾਡੇ ਸਾਥ ਦਿੱਤਾ, ਇਹਨਾਂ ਦਾ ਕਰਕੇ ਸਾਨੂੰ ਆਸ ਉਮੀਦ ਹੈਗੀ ਵੀ ਮਿਲ ਜਾਣਗੇ, ਨਹੀਂ ਸਾਨੂੰ ਤਾਂ ਇਹਨਾਂ ਨੇ ਨਿਆਂ ਹੀ ਨਹੀਂ ਦੇਣਾ ਸੀਗਾ ਜੀ, ਤਾਂ ਹੋਰ ਲੋਕਾਂ ਨੂੰ ਵੀ ਐਣੇ ਵੀ ਫਸੋ ਨਾ ਭਾਈ, ਅਸੀਂ ਤਾਂ ਚਲੋ ਜਿਹੜੇ ਫਸ ਗਏ ਹੁਣ ਫਸ ਗਏ, ਵੀ ਹੋਰ ਲੋਕਾਂ ਨੂੰ ਵੀ ਐਣੇ ਭਾਈ ਨਾ ਫਸੋ, ਇਹਦੇ 'ਚ ਕੁਛ ਨਹੀਂ ਪਿਆ, ਜਾਂ ਕੋਈ ਕਿਸੇ ਜੁਨੀਆਂ ਦਾ ਨਮੇਦਾ ਨਾਲ ਲਿਜਾ ਕੇ ਲਾਓ ਫਾਇਲ, ਫਿਰ ਵੀ ਫਰਕ ਹੁੰਦਾ ਇਸ ਗੱਲ ਦਾ ਜੀ। ਹਾਂ ਬਾਈ, ਤੁਹਾਡੇ ਤੁਹਾਡੇ ਲਈ ਸੀ ਫਾਈਲ? ਹਾਂਜੀ ਹਾਂਜੀ। ਕਿੱਥੋਂ ਦੀ ਕਿਵੇਂ? ਆਸਟ੍ਰੇਲੀਆ ਦੀ ਲਾਈ ਸੀਗੀ, ਅੱਜ ਤੋਂ ਘੱਟੋ ਘੱਟ 8-9 ਮਹੀਨੇ ਪਹਿਲਾਂ ਜੀ, ਜੂਨ ਦੇ ਸਟਾਰਟਿੰਗ 'ਚ ਲਾਈ ਸੀਗੀ। ਇਹ ਸਾਨੂੰ ਕਹਿੰਦੇ ਵੀ ਤੁਹਾਡਾ 2-3 ਮਹੀਨਿਆਂ 'ਚ ਵੀਜ਼ਾ ਆਜੂਗਾ ਜੀ। ਮੇਰੇ ਮੈਡੀਕਲ ਹੋਏ ਨੂੰ ਵੀ ਘੱਟੋ ਘੱਟ ਜੀ 5 ਮਹੀਨੇ ਹੋ ਗਏ, ਹਜੇ ਤੱਕ ਕੋਈ ਉਹਨਾਂ ਨੇ ਉਹ ਨਹੀਂ ਦਿੱਤਾ, ਨਾ ਰਿਫਿਊਜ਼ਲ ਦੇ ਰਹੇ ਸੀਗੇ ਨਾ ਵੀਜ਼ਾ ਦੇ ਰਹੇ ਸੀਗੇ। ਅਤੇ ਅਸੀਂ ਇਹਨਾਂ ਨੂੰ ਕਿਹਾ ਵੀ ਸਾਡੇ ਪੈਸੇ ਮੋੜ ਦਿਓ, ਸਾਨੂੰ ਚੈੱਕ ਦਿੱਤੇ ਸੀਗੇ ਜੀ, ਉਹ ਫਾਦਰ ਸਾਹਿਬ ਨੇ ਸਾਨੂੰ ਦਿਖਾਈ ਆ ਜੀ, ਅਤੇ ਉਹ ਚੈੱਕ ਵੀ ਖਾਲੀ ਆ ਜੀ, ਅਸੀਂ ਇੱਕ ਚੈੱਕ ਲਾ ਕੇ ਵੇਖਿਆ, ਉਹ ਕਹਿੰਦੇ ਵੀ ਖਾਲੀ ਆ। ਅੱਛਾ। ਅਤੇ ਨਾ ਹੀ ਇਹ ਪੈਸੇ ਦੇ ਰਹੇ ਸੀਗੇ, ਸਾਡਾ ਫੋਨ ਚੱਕਣੋਂ ਵੀ ਹਟ ਗਏ ਸੀਗੇ ਜੀ ਇਹ। ਠੀਕ ਹੈ। ਅਤੇ ਅੱਜ ਅਸੀਂ ਆਏ ਹਾਂ, ਇੱਕ ਪਾਸਾ ਕਰਕੇ ਜਾਵਾਂਗੇ ਜੀ ਫਿਰ। ਤੁਸੀਂ ਬਾਈ ਜਿਵੇਂ ਇਹਨਾਂ ਨੂੰ ਮੈਂ ਪੁੱਛਿਆ, ਤੁਸੀਂ ਵੀ ਇੰਨੇ ਪੈਸੇ ਬਹੁਤ ਹੁੰਦੇ ਜ਼ਿਮੀਂਦਾਰ ਆਮ ਪਰਿਵਾਰ ਦੇ ਲਈ, ਤੁਸੀਂ ਕਿੱਥੋਂ ਲੈ ਕੇ ਆਏ ਫਿਰ ਇੰਨੇ ਪੈਸੇ? ਅਸੀਂ ਬਸ ਜ਼ਮੀਨ ਗਹਿਣੇ ਰੱਖ ਕੇ ਜੀ, ਬਾਕੀ 38 ਤੋਂ ਫੜ ਕੇ ਵਗੈਰਾ ਜੀ ਬਸ। ਵੀ ਐਂ ਸੀਗੀ ਚਲੋ ਬਾਹਰ ਜਾਵਾਂਗੇ, ਸੈੱਟ ਕਰਾਂਗੇ ਸਿਸਟਮ ਦਾ। ਹਾਂਜੀ ਹਾਂਜੀ, ਸਾਨੂੰ ਤਾਂ ਐਂ ਸੀਗਾ ਵੀ ਚਲੋ ਵੀਜ਼ਾ ਆਜੂਗਾ ਵੀ ਚੱਲ ਜ਼ਮੀਨ ਗਹਿਣੇ ਛਡਾ ਲਾਂਗੇ ਜੀ। ਤੋ ਹੁਣ ਪੈਸੇ ਹੀ ਮੁੱਕਰ ਗਏ ਜੀ। ਪੈਸੇ ਮੁੱਕਰ ਗਏ। ਹਾਂਜੀ। ਪਰਿਵਾਰ ਦੇ ਵਿੱਚ ਵਿਆਹ ਵੀ ਤੁਹਾਡੇ ਧਰਿਆ ਹੋਇਆ? ਹਾਂਜੀ ਹਾਂਜੀ, ਮੇਰੀ ਸਿਸਟਰ ਦਾ ਵਿਆਹ ਜੀ,
ਅਤੇ ਉਹਦਾ ਫਰਨੀਚਰ ਦਾ ਸਮਾਨ ਵੀ ਲਿਆਉਣ ਵਾਲਾ ਜੀ। ਹਜੇ ਤੱਕ ਅਸੀਂ ਕਿਹਾ ਵੀ ਚੱਲ ਪੈਸੇ ਮੁੜੇ ਆਉਣਗੇ, ਅਸੀਂ ਫਰਨੀਚਰ ਦਾ ਸਮਾਨ ਲਿਆਵਾਂਗੇ ਵੀ ਜਾਗੂ ਵਗੈਰਾ 'ਤੇ ਵੀ ਕਰ ਦਾਂਗੇ ਜੀ, ਅਤੇ ਪੈਸੇ ਨਹੀਂ ਦੇ ਰਹੇ ਸਾਨੂੰ ਤਾਂ ਜੀ। ਉਦੋਂ ਆਈ ਸੀ ਵੀ ਆ ਜਾਣਗੇ 10 ਤਰੀਕ ਤੱਕ, ਇਹਨਾਂ ਨੇ ਕਿਹਾ ਸੀ ਜਦੋਂ ਪਹਿਲਾਂ? ਹਾਂਜੀ ਹਾਂਜੀ, ਸਾਨੂੰ ਚੈੱਕ ਦਿੱਤੇ ਸੀ, ਸਾਨੂੰ ਕਹਿੰਦੇ 11 ਤਰੀਕ ਤੱਕ ਤੁਹਾਡੀ ਸਾਰੀ ਪੇਮੈਂਟ ਵਾਪਸ ਹੋ ਜੂਗੀ। ਅਤੇ ਅਸੀਂ ਜਿੱਦੇ ਸਾਡੀ ਪਹਿਲੀ ਕਿਸ਼ਤ ਸੀਗੀ ਜੀ, ਉਹਦੇ ਤੋਂ ਹੀ ਫੋਨ ਚੱਕਣੋਂ ਹਟ ਗਏ ਸੀਗੇ। 2 ਤਰੀਕ ਨੂੰ ਸਾਡੀ ਪਹਿਲੀ ਕਿਸ਼ਤ ਸੀਗੀ, ਉਹਦੇ ਤੋਂ ਹੀ ਫੋਨ ਚੱਕਣੋਂ ਹਟ ਗਏ ਸਾਡਾ ਤਾਂ ਜੀ। ਪ੍ਰਧਾਨ ਜੀ, ਜਿਵੇਂ ਭਗਵੰਤ ਮਾਨ ਸਾਹਿਬ ਤੁਸੀਂ ਬਿਆਨ ਸੁਣਿਆ ਹੋਊਗਾ, ਉਹ ਕਹਿੰਦੇ ਕਿ ਪਾਰਲੀਮੈਂਟ ਦੇ ਵਿੱਚ ਸਭ ਤੋਂ ਵੱਧ ਮੈਂ ਆਵਾਜ਼ ਚੱਕੀ ਠੱਗਾਂ ਏਜੰਟਾਂ ਦੇ ਖਿਲਾਫ, ਹੁਣ ਕੀ ਲੱਗਦਾ ਵੀ ਉਹ ਪਾਵਰ ਦੇ ਵਿੱਚ ਆ, ਹੁਣ ਫਿਰ ਕਾਰਵਾਈ ਕਿਉਂ ਨਹੀਂ ਕਰਦੇ? ਮੈਂ ਹਰਬੰਸ ਸਿੰਘ ਕੋਟਲੀ, ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਕ ਸੀ ਮੁਕਤਸਰ ਸਾਹਿਬ। ਤੁਸੀਂ ਆਖਿਆ ਸੀ ਵੀ ਭਗਵੰਤ ਮਾਨ ਨੇ ਪਾਰਲੀਮੈਂਟ ਦੇ ਵਿੱਚ ਆਵਾਜ਼ ਉਠਾਈ, ਹੁਣ ਕਿਉਂ ਨਹੀਂ ਚੱਕਦੇ? ਅਸਲ ਦੇ ਵਿੱਚ ਸਰਕਾਰਾਂ ਦੀਆਂ ਨੀਤੀਆਂ ਕੀ ਹੈ? ਜੇ ਸਰਕਾਰਾਂ ਨੇ ਨੀਤੀ ਸਾਫ਼ ਹੁੰਦੀ ਤਾਂ ਸਾਡੇ ਆ ਨੌਜਵਾਨ ਜਿਹੜੇ ਫਿਰਦੇ ਆ ਇੱਥੇ ਧੱਕੇ ਖਾਂਦੇ ਆ, ਅਤੇ ਇਹਨਾਂ ਨੂੰ ਕੋਈ ਰੁਜ਼ਗਾਰ ਦਾ ਪ੍ਰਬੰਧ ਕੀਤਾ? ਜੇ ਰੁਜ਼ਗਾਰ ਦਾ ਪ੍ਰਬੰਧ ਨਹੀਂ ਕੀਤਾ, ਉਹਨਾਂ ਨੂੰ ਆਪਦਾ ਭਵਿੱਖ ਇੱਥੇ ਮਾੜਾ ਦਿਸ ਰਿਹਾ, ਤਾਂ ਹੀ ਤਾਂ ਇਹੋ ਜਿਹੇ ਠੱਗ ਏਜੰਟਾਂ ਦੇ ਜਿਹੜੇ ਪੇਸ਼ ਪੈਂਦੇ ਨੇ। ਅਤੇ ਜਿਹੜੇ ਏਜੰਟ ਠੱਗਾਂ ਦੀ ਗੱਲ ਕਰਦੇ ਹੋ, ਇਹਦੇ ਪਿੱਛੇ ਭਗਵੰਤ ਮਾਨ ਅਤੇ ਪੂਰੀਆਂ ਸਰਕਾਰਾਂ ਦਾ ਇੱਕ ਵੱਡਾ ਹੱਥ ਹੈ ਵੀ ਇੱਥੋਂ ਦੇ ਲੋਕਾਂ ਦੀ ਵੱਡੀ ਲੁੱਟ ਕੀਤੀ ਜਾਵੇ ਅਤੇ ਇਹਨਾਂ ਨੂੰ ਮਾਨਸਿਕ ਅਤੇ ਆਰਥਿਕ ਤੌਰ 'ਤੇ ਖਤਮ ਕੀਤਾ ਜਾਵੇ। ਇਹੋ ਹੀ ਕਾਰਨ ਹੈ ਕਿ ਜੇ ਕਾਰਪੇਟ ਘਰਾਣੇ ਆਉਣਗੇ, ਜੇ ਇਹੋ ਜਿਹੇ ਨੌਜਵਾਨ ਇੱਥੋਂ ਬਾਹਰ ਕੱਢਾਂਗੇ, ਤਾਂ ਹੀ ਤਾਂ ਕਾਰਪੇਟ ਘਰਾਣੇ ਇੱਥੇ ਆਉਣਗੇ ਨਾ। ਇਸ ਗੱਲ ਨੂੰ ਲੈ ਕੇ ਭਗਵੰਤ ਮਾਨ ਭਾਵੇਂ ਕਿੰਨਾ ਪਾਰਲੀਮੈਂਟ ਦੇ ਵਿੱਚ ਆਵਾਜ਼ਾਂ ਦਿੰਦਾ ਰਿਹਾ, ਇਲੈਕਸ਼ਨ ਤੋਂ ਬਾਅਦ ਵੀ ਕਹਿੰਦਾ ਰਿਹਾ ਵੀ ਕਨੇਡਾ ਤੋਂ ਅਸੀਂ ਤਾਂ ਵਾਪਸ ਮੰਗਾਵਾਂਗੇ, ਇੱਥੇ ਰੁਜ਼ਗਾਰ ਦੇਵਾਂਗੇ, ਪਰ 2-2.5 ਸਾਲ ਬੀਤਣ ਤੋਂ ਬਾਅਦ ਹਜੇ ਕੱਖ ਨਹੀਂ ਕੀਤਾ। ਇਹ ਨੌਜਵਾਨਾਂ ਦਾ ਇੱਕ ਵੱਡਾ ਖਿਲਵਾੜ ਹੈ, ਕਿਉਂਕਿ ਇਹਨਾਂ ਦੀ ਇਹੋ ਜਿਹੀ ਹਾਲਤ ਬਣਾਤੀ ਵੀ ਤੁਸੀਂ ਕਿਤੋਂ ਪੈਸਾ ਕੱਢੋ, ਜ਼ਮੀਨਾਂ ਵੇਚੋ, ਰਸਤੇਦਾਰਾਂ ਨੂੰ ਠੱਗੋ, ਇਹਨਾਂ ਏਜੰਟਾਂ ਦੇ ਤੁਸੀਂ ਕੋਲੇ ਆਓ। ਪਰ ਇਹਨਾਂ ਦੇ ਉੱਤੇ ਕਾਰਵਾਈ ਕਿਉਂ ਨਹੀਂ ਕੀਤੀ? ਜਦੋਂ ਪਤਾ ਉਹ ਕਹਿੰਦੇ ਮੈਨੂੰ ਪਤਾ ਵੀ ਠੱਗੀਆਂ ਮਾਰਦੇ ਏਜੰਟ, ਫਿਰ ਉਹ ਕਾਰਵਾਈ ਕਿਉਂ ਨਹੀਂ ਹੁੰਦੀ? ਇਹੀ ਤਾਂ ਸਾਡੇ ਵਿੱਚ ਉਹਲਾ ਰੱਖਿਆ ਹੁਣ ਤਾਂ ਹੀ, ਜੇ 70-75 ਸਾਲ ਦਾ ਇਹੀ ਤਾਂ ਸਾਨੂੰ ਉਹਲਾ ਰੱਖਿਆ ਵੀ ਕਾਰਵਾਈ ਕਰਨਗੇ ਕਿਵੇਂ? ਇਹਨਾਂ ਨਾਲ ਤਾਂ ਰਲੇ ਮਿਲੇ ਹੋਏ ਨੇ, ਦੋ ਗੱਲਾਂ ਸਾਹਮਣੇ ਆਉਂਦੀਆਂ ਨੇ। ਇੱਕ ਤਾਂ ਸਾਡੇ ਪੰਜਾਬ ਨੂੰ ਖਾਲੀ ਕਰਨਾ ਨੌਜਵਾਨਾਂ ਨੂੰ ਬਾਹਰ ਕੱਢ ਕੇ, ਅਤੇ ਅਗਲਾ ਸਾਨੂੰ ਆਰਥਿਕ ਤੌਰ 'ਤੇ ਖਤਮ ਕਰਨਾ, ਅਤੇ ਇਹਨਾਂ ਠੱਗਾਂ ਦੇ ਪੱਲੇ ਪਾ ਕੇ ਅਤੇ ਸਾਰਾ ਸਾਡਾ ਲੁੱਟ ਖੁੱਟ ਖਤਮ ਕਰਨੀ ਹੈ। ਅੱਜ ਫਿਰ ਕੀ ਕਾਰਵਾਈ ਕਰੋਗੇ, ਕਿਵੇਂ ਪੈਸੇ ਲੈ ਕੇ ਜਾਓਗੇ ਅੱਜ, ਕਿਵੇਂ ਆਏ ਹੋ ਇੱਥੇ? ਅੱਜ ਤਾਂ ਅਸੀਂ ਉਸ ਤਰੀਕੇ ਨਾਲ ਆਏ ਹਾਂ ਵੀ ਜਾਂ ਤਾਂ ਪੈਸੇ ਇੱਥੇ ਰੱਖ ਦੇਣਗੇ, ਅਤੇ ਨਹੀਂ ਤਾਂ ਇਹਨਾਂ ਦੇ ਬਾਲ ਮੂਹਰੇ ਬੈਠਾਂਗੇ, ਭਾਵੇਂ ਸਾਨੂੰ ਰਾਤ ਦਿਨ ਇੱਥੇ ਬਹਿਣਾ ਪਵੇ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਜੀ।